ਜੀ ਆਪਾਂ ਆ ਗਏ ਆ ਇਸ ਟਾਈਮ ਆ ਜੀ ਆਪਾਂ ਲਿਫਟ ਚ ਮੈਂ ਦਿਖਾਉਂਦਾ ਤੁਹਾਨੂੰ ਮੈਂ ਬਿਲਡਿੰਗ ਦੇ ਅੰਦਰ ਲਿਫਟ ਆ ਗੱਡੀ ਨਾਲ ਹੀ ਜਾਣੀ ਆ ਥੱਲੇ ਇੱਕ ਗੱਡੀ ਮੇਰੇ ਪਿੱਛੇ ਆ ਇਹ ਦੇਖੋ ਸੋ ਦੋਨੋਂ ਗੱਡੀਆਂ ਇਕੱਠੀਆਂ ਥੱਲੇ ਜਾਣਗੀਆਂ ਦੇਖਿਓ ਥੱਲੇ ਜਾ ਕੇ ਆਪਾਂ ਉਸ ਥੱਲੇ ਨੂੰ ਟੱਲ ਜਾਂਗੇ ਸੋ ਇੱਥੇ ਥੱਲੇ ਇੱਕ ਰੋਲਰ ਜਿਹਾ ਲੱਗਿਆ ਉਹਦਾ ਫਾਇਦਾ ਉਹਦਾ ਇਹ ਹੈ ਕਿ ਉੱਪਰ ਟਰੱਕ ਖੜਾ ਕਰ ਦਿਉ ਮੇਰੇ 'ਤੇ ਸਿੱਧੀ ਲੱਗ ਜਾਣੀ ਹੈ ਵੈਨ ਆਹ ਦੇਖੋ ਥੱਲੇ ਲੱਗਾ ਹੋਇਆ ਜਿਹੜਾ ਇਹ ਪੂਰਾ ਟਰੱਕ ਨੂੰ ਘੁੰਮਾ ਦਿੰਦਾ ਸੋ ਇਹਦਾ ਟਰੱਕ ਨੂੰ ਘੁੰਮਣ ਦੀ ਲੋੜ ਨਹੀਂ ਪੈਂਦੀ ਆਪੇ ਟਰੱਕ ਘੁੰਮਾ ਦਿੰਦਾ ਸੋ ਇਹ ਹੈ ਇਸ ਦਾ ਫਾਇਦਾ ਬਹੁਤ ਹੀ ਤਗੜੀਆਂ ਵਾਲੀਆਂ ਚੀਜ਼ਾਂ ਦਿਖਾ ਰਿਹਾ ਮੈਂ ਤੁਹਾਨੂੰ ਬਹੁਤ ਜ਼ਿਆਦਾ ਸ਼ੇਅਰ ਸ਼ੁਰ ਕਰ ਦਿਓ ਕਰੋ ਵੀਡੀਓ ਰੱਜ ਕੇ ਇੰਨੀ ਖਤਰਨਾਕ ਚੀਜ਼ਾਂ ਕੋਈ ਨਹੀਂ ਦਿਖਾਉਂਦਾ ਤੁਹਾਨੂੰ ਹਾਂ ਆਹ ਦੇਖੋ ਜਿਵੇਂ ਇਹ ਪੂਰਾ ਥੱਲੇ ਗੋਲ ਜਿਹਾ ਬਣਿਆ ਨਾ ਇਹ ਸਾਰਾ ਕੀ ਨਾਮ ਹੈ ਘੁੰਮਦਾ ਹਾਲੋ ਜੀ ਦੇਖੋ SBI ਬੈਂਕ ਕੈਨੇਡਾ 'ਚ ਸਟੇਟ ਬੈਂਕ ਆਫ ਇੰਡੀਆ ਕੈਨੇਡਾ ਟੋਰਾਂਟੋ ਡਾਊਨ ਟਾਊਨ ਜੀ ਹੁਣ ਇੱਕ ਡਿਲੀਵਰੀ ਆਪਾਂ ਆ ਫਰੂਟ ਸ਼ੋਪ ਜੀ 'ਤੇ ਕਰਨੀ ਆ ਅਤੇ ਆਖਰ ਜੀ ਆਪਣੀ ਭੈਣ ਬੋਲ ਦਿੰਦੇ ਉਹਨੂੰ ਖੁੱਲ ਗਈ ਆਪੇ ਅੰਦਰ ਡੱਬੇ ਆਪਣੇ ਜੇ ਸਮਾਨ ਫਿਰ ਲੋਡ ਕੀਤਾ ਹੋਇਆ ਸੋ ਇਹ ਲਾਲ ਜਿਹੜੇ ਕਿੰਬੋ ਲਿਖਿਆ ਜਿਨ੍ਹਾਂ 'ਤੇ ਇਹ ਡੱਬੇ ਇਹਦੇ ਸੋ ਆਪਾਂ ਇਹਦੇ 'ਤੇ ਰੱਖ ਕੇ ਅੰਦਰ ਉਹਨੂੰ ਦੇ ਆਉਣੇ ਆ ਵੈਸੇ ਰੱਖ ਕੇ ਦੇਣੇ ਵਾਲੇ ਕਈ ਘੱਟ ਹੀ ਹੁੰਦੇ ਆ ਨਹੀਂ ਤਾਂ ਸਾਰੇ ਜਿਵੇਂ ਮੈਂ ਤੁਹਾਨੂੰ ਦਿਖਾਵਾਂਗਾ ਅੱਗੇ ਡੋਕ 'ਤੇ ਲੱਗ ਜਾਂਦੀ ਆ ਵੈਨ ਅਤੇ ਉੱਥੋਂ ਉਹ ਆਪੇ ਲਾ ਲੈਂਦੇ ਆ ਨਹੀਂ ਤਾਂ ਆਪਾਂ ਲਾ ਕੇ ਰੱਖ ਦਿੰਦੇ ਹਾਂ ਸਿੱਧਾ ਅੰਦਰ ਪਰ ਇੱਥੇ ਰੋਡ ਦੇ ਨਾਲ ਡਿਲੀਵਰੀ ਕਰਨੀ ਆ ਤਾਂ ਕਰਕੇ ਹੋਰ ਚੀਜ਼ ਤੁਹਾਨੂੰ ਦਿਖਾ ਤਾ ਆਹ ਦੇਖੋ ਇੰਡੀਆ ਕਹਿੰਦੇ ਨਹੀਂ ਹੁੰਦੇ ਸੀ ਉੱਥੇ ਤਾਂ ਵੀ ਬਾਹਰਲੇ ਦੇਸ਼ ਤਾਂ ਜੀ ਰੋਡ 'ਤੇ ਵੀ ਟ੍ਰੇਨਾਂ ਚੱਲਦੀਆਂ ਨੇ ਆਹ ਚੀਜ਼ ਆ ਉਹ ਆਹ ਦੇਖ ਲਓ ਕਿਆ ਜਾਂਦੀ ਪਿੱਕੋ ਪਰਲੀ ਸਾਈਡ 'ਚੋਂ ਆ ਰਹੀ ਆ ਸੋ ਟੋਰਾਂਟੋ ਡਾਊਨ ਟਾਊਨ 'ਚ ਇੱਧਰ ਹੈਗੀ ਆ ਟੋਰਾਂਟੋ ਵਾਲੀ ਸਾਈਡ 'ਚ ਐਂਡ ਇੱਥੇ ਆਪਾਂ ਡਿਲੀਵਰੀ ਕੀਤੀ ਆ ਸੋ ਆਪਣੀ ਇੱਕ ਹੀ ਡਿਲੀਵਰੀ ਸੀ ਜਿਹੜੀ ਮੈਨੂੰ ਉਤਰ ਕੇ ਜਾ ਕੇ ਉੱਥੇ ਤੱਕ ਕਰਨੀ ਪੈਣੀ ਸੀ 18 ਡੱਬੇ ਸੀ ਹਲਕੇ ਜਿਹੇ ਡੱਬੇ ਸੀ ਜ਼ਿਆਦਾ ਭਾਰੇ ਨਹੀਂ ਸੀ ਹੋਰ ਸਾਰੀਆਂ ਡਿਲੀਵਰੀਆਂ ਹੁਣ ਮੇਰੀਆਂ ਸਿੱਧਾ ਮੈਂ ਬੈਕ ਕਰਕੇ ਡੋਕ ਨਾਲ ਲਾਉਣੀ ਆ ਅਤੇ ਉੱਥੋਂ ਡੱਬੇ ਚੱਕ ਕੇ ਨਾਲ ਨਾਲ ਰੱਖ ਦੇਣੇ ਨੇ ਸਾਰੀਆਂ ਸੌਖੀਆਂ ਨੇ ਅਤੇ ਆਪਣੀਆਂ ਡਿਲੀਵਰੀਆਂ ਰਹਿ ਗਈਆਂ ਹੁਣ 4 ਡਿਲੀਵਰੀਆਂ ਹੋ ਗਈਆਂ ਬਾਕੀ ਆਪਾਂ ਹੁਣੇ ਕਰ ਦੇਣੀਆਂ ਨੇ ਅਤੇ ਫਿਰ ਚੱਲਦੇ ਹਾਂ ਚਲੋ ਟੋਰਾਂਟੋ
ਇੱਥੇ ਡਿਲੀਵਰੀ ਆ, ਲੋਕ ਲੋਸਟ ਡੋਕ 'ਤੇ ਲਾ ਕੇ ਕਰਨੀ ਆ, ਆਪੇ ਡੱਬੇ ਡੁੱਬੇ ਨਹੀਂ ਚੱਕਣੇ। ਸੋ ਕਰਨੇ ਆ, ਫੋਨ ਨੂੰ ਲਾ ਦਿੰਦੇ ਹਾਂ ਇੱਥੇ ਵਾਪਸ, ਅਤੇ ਫਿਰ ਚੱਲਦੇ ਹਾਂ। ਆ ਲਓ ਜੀ, ਹੁਣ ਇੱਥੇ ਆ ਮੇਰੀ ਡਿਲੀਵਰੀ, ਇੱਕ ਇੱਧਰ ਬੈਕ ਲਾਉਣਾ, ਅਤੇ ਬੈਕ ਲਾਉਂਦੇ ਹਾਂ, ਅਤੇ ਬੈਕ ਲਾ ਕੇ ਬਸ ਡੱਬੇ ਰੱਖ ਦਿੰਦੇ ਹਾਂ। ਸੋ ਇੱਥੇ ਪਹਿਲਾਂ ਇੱਕ ਲੱਗਾ ਹੋਇਆ ਟਰੱਕ, ਮੈਂ ਜਦੋਂ ਨਿਕਲੇਗਾ ਇਹਦੀ ਜਗ੍ਹਾ 'ਤੇ ਮੈਂ ਲਾਉਣਾ, ਅਤੇ ਡੱਬੇ ਕੱਢ ਲੈਣੇ ਉਹਨਾਂ ਨੇ। ਸੋ ਕਿੰਨੇ ਡੱਬੇ ਡਿਲੀਵਰ ਕਰਨੇ ਆਪਾਂ, ਇਹ ਦੇਖੀਏ। ਇੱਥੇ ਇੱਥੇ ਆ 22 ਡੱਬੇ ਆ, ਇੱਥੇ ਆ ਲਿਖਿਆ ਹੁੰਦਾ ਕਿਹੜੇ ਕਿਹੜੇ ਡੱਬੇ ਆ, ਇਹ ਸਾਰੇ ਇੱਥੇ ਰੱਖ ਦੇਣੇ ਆ। ਸੋ ਅੱਜ ਆਪਾਂ ਫਰੋਜ਼ਨ ਫੂਡ ਜਿਸ ਦਿਨ ਲੈ ਕੇ ਜਾਂਦੇ ਹਾਂ ਉਸ ਦਿਨ -18 ਕਰ ਦਿੰਦੇ ਹਾਂ ਟੈਂਪਰੇਚਰ, ਪਿੱਛੇ ਜਿਹੜਾ ਫਰੀਜ਼ਰ ਆ ਉਹਦਾ, ਅਤੇ ਨਹੀਂ ਤਾਂ ਨਹੀਂ ਇੱਥੋਂ ਸੈੱਟ ਹੋ ਜਾਂਦਾ। ਮੈਂ ਤੁਹਾਨੂੰ ਦੱਸਿਆ ਜੀ ਟੈਂਪਰੇਚਰ ਵਗੈਰਾ, ਅੱਜ 4 ਡਿਗਰੀ ਕੀਤਾ ਹੋਇਆ, ਕੈਥ ਹੋ ਜਾਂਦਾ ਸੈੱਟ। ਟੋਰਾਂਟੋ ਘੁੰਮ ਰਿਹਾ ਜੀ, ਟੋਰਾਂਟੋ। ਲਓ ਜੀ, ਫਿਰ ਆਪਾਂ ਪਹੁੰਚ ਗਏ, ਡਿਲੀਵਰੀ ਕਰਨੀ ਆ ਇੱਥੇ। ਅਤੇ ਆ ਜਾਓ, ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ, ਵੈਨ ਦਾ ਸਾਈਡ ਡੋਰ ਵੀ ਹੁੰਦਾ ਇੱਕ। ਇੱਕ ਮਿੰਟ, ਇੱਥੋਂ ਪਹਿਲਾਂ ਆਪਾਂ ਕਰ ਦਈਏ ਇਹਨੂੰ ਅਨਲੋਕ, ਕਰ ਦਈਏ, ਹੋ ਗਿਆ ਅਨਲੋਕ। ਵੈਨ ਦਾ ਸਾਈਡ ਡੋਰ ਆ ਇੱਕ, ਅਤੇ ਅੱਜ ਮੇਰੀ ਦੋ ਜਗ੍ਹਾ ਤੋਂ ਪਿਕਅਪ ਸੀ, ਤਾਂ ਕਰਕੇ ਮੈਂ ਅੱਧਾ ਸਮਾਨ ਸਾਈਡ ਡੋਰ ਵਾਲੀ ਸਾਈਡ 'ਤੇ ਰੱਖਿਆ ਜੀ। ਵੈਨ ਪੂਰੀ। ਸੋ ਆਹ ਵਾਲਾ ਔਡਰ ਆਪਾਂ ਇੱਥੇ ਦੇਣਾ, ਅਤੇ ਬਾਕੀ ਦੇਖ ਲਓ, ਖਾਲੀ ਖਾਲੀ ਹੋਇਆ ਪਿਆ ਸਾਰਾ ਕੁਛ ਕਰੋਨਾ ਵਾਇਰਸ ਕਰਕੇ, ਅਤੇ ਜੱਟ ਹੋਣੀ ਨੇ ਔਨ ਡਿਲੀਵਰੀ। ਠੰਡ ਠੁੰਡ ਜ਼ਿਆਦਾ ਰਹੀ ਨਹੀਂ, ਥੋੜ੍ਹੀ ਬਹੁਤ ਹੈਗੀ ਆ, ਸਵੇਰੇ ਸਵੇਰੇ ਠੰਡ ਹੁੰਦੀ ਆ, ਬਾਅਦ 'ਚ ਘੱਟ ਜਾਂਦੀ ਆ। ਸੋ ਬਸ ਆਹੀ ਆ। ਲਓ ਜੀ, ਫਿਰ ਆਹ ਡਿਲੀਵਰੀ ਹੋ ਗਈ ਡਨ, ਅਤੇ ਗਲਵਸ ਪਾ ਕੇ ਰੱਖੀ ਦੇ ਆਪਾਂ ਪੂਰੇ, ਕਿਉਂਕਿ ਕਰੋਨਾ ਟਾਈਮ ਚੱਲ ਰਿਹਾ ਜੀ। ਕਈਆਂ ਦਾ ਕੁਆਰੰਟਾਈਨ ਚੱਲ ਰਿਹਾ, ਕਈਆਂ ਦਾ ਕਰੋਨਾ ਟਾਈਮ ਚੱਲ ਰਿਹਾ। ਸੋ ਕਰਤੀ ਡਿਲੀਵਰੀ ਵਾਲੀ, ਬਾਕੀ ਤੁਹਾਨੂੰ ਦੱਸਣਾ ਸਾਰਾ ਕੁਛ, ਕੀ ਪੇ ਰੇਟ ਵਗੈਰਾ ਮੇਰਾ, ਕੀ ਪੇ ਸਕੇਲ ਆ, ਕਿਉਂਕਿ ਜਿਹੜੀ ਮੇਰੀ ਪੇ ਸਕੇਲ ਵਾਲੀ ਵੀਡੀਓ ਸੀ ਉਹ ਮੇਰੇ ਤੋਂ ਡਿਲੀਟ ਹੋ ਗਈ ਗਲਤੀ ਨਾਲ। ਸੋ ਜਿਹੜੀ ਮੈਂ ਮਤਲਬ ਪਿਛਲੇ ਉੱਥੇ ਕੰਟੀਨਿਊ ਕੀਤੀ ਹੋਈ ਸੀ ਉਹ ਮੇਰੇ ਤੋਂ ਡਿਲੀਟ ਹੋ ਗਈ। ਸੋ ਮੈਂ ਅੱਜ ਵਾਪਸ ਉਹ ਵਾਲੀ ਬਣਾ ਰਿਹਾ, ਅਤੇ ਇਹ ਵੀਡੀਓ ਨੂੰ ਕੋਈ ਮੇਰੇ ਜਿਹੜਾ ਸੈਕਿੰਡ ਪਾਰਟ ਹੈ ਵਲੋਗ ਦਾ ਉਹਦੇ 'ਚ ਐਡ ਕਰ ਦਾਂਗਾ ਜਾ ਕੇ, ਅਤੇ ਅੱਜ ਤੁਹਾਨੂੰ ਦੱਸ ਦਿੰਦਾ ਕੀ ਪੇ ਰੇਟ ਹੈ, ਕਿੱਦਾਂ ਕੰਮ ਆ ਸਾਰਾ ਕੁਛ। ਸੋ ਸੁਣੋ ਫਿਰ। ਲਓ ਜੀ, ਸੈਨੀਟਾਈਜ਼ਰ ਲਾ ਲਿਆ ਆਪਾਂ, ਅਤੇ ਸਟਾਰਟ ਕਰਕੇ ਥੋੜ੍ਹੀ ਜਿਹੀ ਅੱਗੇ ਕਰ ਲੈਂਦਾ ਮੈਂ ਗੱਡੀ ਆਪਣੀ ਵੈਨ। ਅਤੇ ਪੇ ਦੀ ਗੱਲ ਕਰ ਰਹੇ ਸੀ ਆਪਾਂ, ਤਾਂ ਪੇ ਸਕੇਲ ਆ ਜੀ ਮੇਰੀ, ਜਿਹੜੀ ਪੇ ਰੇਟ ਆ ਉਹ ਹੈ $16 ਪ੍ਰਤੀ ਘੰਟਾ, ਇੱਕ ਘੰਟੇ ਦੇ $16 ਮਿਲਦੇ ਆ, ਅਤੇ ਵਧੀਆ ਆ ਆਪਣਾ। ਹੋਰ ਇਸ ਟਾਈਮ 'ਤੇ ਕਰੋਨਾ ਦੇ ਟਾਈਮ 'ਤੇ ਸਾਰੇ ਕੰਮ ਬੰਦ ਆ, ਬਸ ਮੇਰਾ ਚੱਲ ਰਿਹਾ। ਮੈਂ ਵੀ ਪਹਿਲਾਂ ਛੁੱਟੀ ਦਾ ਉਹਨੂੰ ਬੋਲਿਆ ਸੀ ਕਿ ਛੁੱਟੀ ਦੇ ਦਿਓ, ਕਹਿੰਦਾ ਕਿ ਇਸ ਟਾਈਮ ਸਾਡੀ ਜ਼ਰੂਰਤ ਹੈ ਦੁਨੀਆ ਨੂੰ ਅਤੇ ਸਾਨੂੰ ਹੈਲਪ ਕਰਨੀ ਚਾਹੀਦੀ ਹੈ। ਮੈਂ ਬੋਲਿਆ ਠੀਕ ਹੈ, ਭਾਵੁਕ ਉਹਨੇ ਥੋੜ੍ਹਾ ਭਾਵੁਕ ਕਰਤਾ ਮੈਨੂੰ, ਅਤੇ ਤਾਂ ਕਰਕੇ ਫਿਰ ਆਪਾਂ ਕਰਦੇ ਰਹੇ ਕੰਮ। ਇੱਕ ਹੋਰ ਟਰੱਕ ਆ ਗਿਆ ਇੱਥੇ, ਡੰਪ ਉਹ ਆ ਟਰੱਕ ਜਿਹੜਾ ਕਚਰਾ ਕੁਚਰਾ ਚੱਕ ਕੇ ਲੈ ਕੇ ਜਾਂਦਾ। ਸੋ ਪੇ ਰੇਟ ਆ ਜੀ $16, ਅਤੇ ਕੰਮ ਆਪਣਾ ਹੁੰਦਾ 2 ਜਾਂ 3 ਦਿਨ ਹਫ਼ਤੇ 'ਚ, 20 ਘੰਟੇ ਪੂਰੇ ਕਰ ਲਈਦੇ ਨੇ ਆਪਾਂ ਸਿਨ 'ਤੇ ਕੰਮ। ਅਤੇ ਹੁਣ ਕਰੋਨਾ ਵਾਇਰਸ ਕਰਕੇ 1 ਮਹੀਨੇ ਵਾਸਤੇ ਇਹਨਾਂ ਨੇ ਮੇਰੀ ਪੇ ਵਧਾ ਦਿੱਤੀ ਆ $2 ਸਾਰਿਆਂ ਦੀ ਮਤਲਬ, ਅਤੇ 16 ਤੋਂ ਕਰਤੀ ਆ $18, ਹੁਣ $18 ਹੋਈ ਆ। 1 ਤਰੀਕ ਤੋਂ ਅਗਲੀ 1 ਤੱਕ, 1 ਅਪ੍ਰੈਲ ਤੋਂ 1 ਮਈ ਤੱਕ ਜਿਹੜੀ ਪੇ ਆ ਉਹ ਆ ਜੀ ਮੇਰੀ $18। ਬਾਕੀ ਸਾਰਾ ਕੁਛ ਪ੍ਰੋਵਾਈਡ ਕਰਦੇ ਆ, ਅਤੇ ਆਪਣਾ ਇਹ ਗਲਵਸ ਦਾ ਪੂਰਾ ਡੱਬਾ ਇੱਕ ਖਤਮ ਕੀਤਾ, ਮੈਂ ਦੂਸਰਾ ਲੈ ਆ, 200 ਗਲਵਸ ਹੁੰਦੇ ਆ ਇਹਦੇ 'ਚ ਕਰ ਦਿੰਦੇ ਹਾਂ। ਫਿਰ ਕੀ ਨਾ ਮੈਂ ਲਾਈਜ਼ੋਲ ਵਗੈਰਾ ਜਿਹੜਾ ਗੱਡੀ ਦੇ ਮਾਂ ਅੰਦਰ ਮਾਰਨੇ ਵਾਸਤੇ ਸਭ ਕੁਛ ਪ੍ਰੋਵਾਈਡ ਕਰਦੇ ਆ। ਐਂਡ ਆਹ ਦੇਖੋ, ਆਹ ਵੀ ਚੱਕ ਕੇ ਲੈ ਕੇ ਜਾਈਦਾ ਆਪਾਂ ਖਾਣੇ ਪੀਣੇ ਦਾ ਵੀ ਥੋੜ੍ਹਾ ਬਹੁਤ ਕਦੇ ਕਦੇ, ਕਿਉਂਕਿ ਕਈ ਵਾਰ ਸਕਿੱਡ ਕੋਈ ਡੈਮੇਜ ਹੋ ਜਾਂਦੀ ਆ ਤਾਂ ਬੋਲ ਦਿੰਦੇ ਆ ਫਿਰ ਕਿ ਰੱਖ ਲਓ। ਆਹ ਦੇਖੋ, ਇਹ ਪਏ ਆ ਫਲੇਵਰ, ਹੈ ਘਰ ਨਿਆਣੇ ਆ, ਨਿਆਣੇ ਵਾਸਤੇ ਲੈ ਜਾਈਦਾ। ਆਹ ਦੇਖੋ ਡੱਬੇ ਪਏ ਆ,
ਕਿਉਂਕਿ ਡਰਾਈਵਿੰਗ ਆ ਇੱਕ ਤੇ ਹੋਰ ਵਿਊ ਬੜੇ ਸੋਹਣੇ ਦੇਖਣ ਨੂੰ ਮਿਲਦੇ ਆ ਹੁਣ ਮੈਂ ਜਿਹੜੇ ਰਾਹ ਤੋਂ ਆਇਆ ਬਹੁਤ ਸੋਹਣਾ ਵਿਊ ਸੀ ਇੱਕ ਤੁਸੀਂ ਫੋਟੋ ਦੇਖੀ ਹੋਣੀ ਆ ਉਹਦੀ ਸਿੱਧੂ ਮੂਸੇ ਵਾਲੇ ਦੀ ਜੇ ਚੋ ਰੇਂਜ ਨਾਲ ਖੜੇ ਆਪਣੀ ਦੇ ਪਿੱਛੇ ਰੋਡ ਜਿਹਾ ਬੜਾ ਲੰਬਾ ਜਿਹਾ ਥੱਲੇ ਨੂੰ ਜਾਂਦਾ ਉਹ ਰੋਡ ਮੈਂ ਤੁਹਾਨੂੰ ਦਿਖਾਉਣਾ ਉੱਥੋਂ ਦੀ ਆਇਆ ਮੈਂ ਇੱਕ ਦਿਨ ਮੈਂ ਚੈਥਮ ਪੈਂਦਾ ਇੱਥੋਂ 3 ਘੰਟੇ ਦੀ ਡਰਾਈਵ ਸੀ ਮੇਰੀ ਚੈਥਮ ਦੀ ਤੇ ਉੱਥੇ ਇੰਨਾ ਸੋਹਣਾ ਵਿਊ ਸੀ ਵਿੱਚ ਹਾਈਵੇ ਜਾ ਰਿਹਾ ਦੋਨੋਂ ਸਾਈਡਾਂ ਤੇ ਉਹ ਲੱਗੇ ਹੋਏ ਵਿੰਡ ਮਿਲ ਜਿਹੜੇ ਪੱਖੇ 'ਚ ਨਹੀਂ ਹੁੰਦੇ ਆਪਣੇ ਘੁੰਮਦੇ ਆ ਚਿੱਟੇ ਚਿੱਟੇ ਜਿਹੇ ਵੱਡੇ ਵੱਡੇ ਉਹ ਦੋਨੋਂ ਸਾਈਡਾਂ ਤੇ ਲੱਗੇ ਹੋਏ ਆ ਇੰਨਾ ਸੋਹਣਾ ਵਿਊ ਆ ਰਿਹਾ ਸੀ ਨਾ ਉਸ ਦਿਨ ਸੋ ਬਹੁਤ ਵਧੀਆ ਵਿਊ ਸੀ ਉਸ ਦਿਨ ਵੀ ਤੇ ਆਹੀ ਆ ਕੰਮ ਬਹੁਤ ਮੈਨੂੰ ਪਸੰਦ ਬਹੁਤ ਆ ਤਾਂ ਕਰਕੇ ਨਾਲੇ ਇੱਕ ਹੋਰ ਚੀਜ਼ ਪਿਛਲੀ ਵਾਰ ਆਪਾਂ ਟਰੱਕ ਵਾਲੀ ਫੋਟੋ ਲਾਤੀ ਸੀ ਤੇ ਹੁਣ ਮੈਂ ਥੱਲੇ ਜਾ ਕੇ ਇੱਕ ਫੋਟੋ ਖਿੱਚ ਕੇ ਆਉਣੀ ਹੈ ਵੈਨ ਨਾਲ ਤੇ ਫਿਰ ਅਗਲੀ ਡਿਲੀਵਰੀ ਵਾਲੇ 'ਤੇ ਜਾਣਾ ਜਿਹੜਾ ਥੰਬਨੇਲ ਬਣਾਉਣਾ ਉਹ ਖਿੱਚ ਕੇ ਆਉਣਾ ਸੋ ਬਸ ਇਹੀ ਆ ਇਹ ਮੈਂ ਇਹ ਵਾਲੀ ਵੀਡੀਓ ਮੈਂ ਉਹ 'ਚ ਐਡ ਕਰਦਾ ਕਿਉਂਕਿ ਉੱਥੇ ਡਿਲੀਟ ਹੋ ਗਈ ਸੀ ਸੋ ਬਸ ਇਹੀ ਮੈਂ ਦੱਸਣਾ ਸੀ ਪੇ ਸਕੇਲ ਵਗੈਰਾ ਮੇਰੀ ਤੁਹਾਨੂੰ ਪਤਾ ਲੱਗ ਹੀ ਗਈ ਕੋਈ ਇਹਦੇ ਹੋਰ ਲਾਇਸੈਂਸ ਜਿਹੜਾ ਚਾਹੀਦਾ ਇਹਦੇ ਵਾਸਤੇ ਉਹ ਜੀ ਲਾਇਸੈਂਸ ਮੇਰੇ ਕੋਲ ਜੀ ਲਾਇਸੈਂਸ ਆ ਸਭ ਤੋਂ ਪਹਿਲਾਂ G1 ਬਣਦਾ G2 ਬਣਦਾ ਫਿਰ G ਬਣਦਾ ਲਾਇਸੈਂਸ ਤੇ ਮੈਂ ਵੀਡੀਓ ਬਣਾ ਰਿਹਾ ਐਸੇ ਹਫਤੇ ਜਾਂ ਨੈਕਸਟ ਵੀਕ ਪਾ ਦਾਂ ਕਿੱਦਾਂ ਲਾਇਸੈਂਸ ਬਣਾਉਣਾ ਇੰਡੀਆ ਐਕਸਪੀਰੀਅੰਸ ਕਿੱਦਾਂ ਪਾਈਦਾ ਮੇਰਾ ਇੰਡੀਆ ਦਾ ਐਕਸਪੀਰੀਅੰਸ ਪਿਆ ਹੋਇਆ ਸੋ ਆਈ ਸਭ ਤੁਹਾਨੂੰ ਪਤਾ ਚੱਲ ਗਿਆ ਅਤੇ ਇੱਕ ਫੋਟੋ ਖਿੱਚ ਲਾਂ ਫਿਰ ਮਿਲਦੇ ਹਾਂ ਅੱਗੇ ਤੁਸੀਂ ਦੇਖ ਹੀ ਲਓ ਵਲੋਗ ਕੀ ਆ ਪਹਿਲਾਂ ਹੀ ਬਣਾਇਆ ਹੋਇਆ ਮੈਂ ਸਾਰਾ ਕੁਝ ਜੋ ਵੀ ਡਿਲੀਵਰੀਆਂ ਕੀਤੀਆਂ ਤੁਸੀਂ ਦੇਖ ਲਓ ਟੋਰੋਂਟੋ ਦਾ ਥੋੜ੍ਹਾ ਬਹੁਤ ਦਿਖਾਇਆ ਮੈਂ ਇੱਕ ਅੰਡਰਗਰਾਊਂਡ ਡਿਲੀਵਰੀ ਦਿਖਾਈ ਆ ਸੋ ਵਲੋਗ ਇੱਕ ਜਾਂ ਦੋ ਵਲੋਗ ਆ ਅਤੇ ਤਿੰਨ ਚਾਰ ਦਿਨਾਂ 'ਚ ਬਣੇ ਆ ਪਰ ਇਹ ਹੀ ਆ ਕਿ ਇਨਫੋਰਮੇਸ਼ਨ ਆ ਤੁਹਾਨੂੰ ਕੀ 3-4 ਦਿਨ ਤੋਂ ਤੁਸੀਂ ਕੀ ਲੈਣਾ ਬਸ ਇਨਫੋਰਮੇਸ਼ਨ ਮਿਲਣੀ ਚਾਹੀਦੀ ਆ ਉਹ ਤੁਹਾਨੂੰ ਮਿਲ ਜੂਗੀ ਅਤੇ ਚਲੋ ਫਿਰ ਬਾਏ ਬਾਏ ਸੋ ਜੱਟੋ 1 apple a day ਕੀ ਡਾਕਟਰ ਸਾਹਿਬ ਅਵੇ ਸੋ ਐਪਲ ਰੋਜ਼ ਖਾਈਦਾ ਇੱਕ ਬਣਾਉਣਾ ਰੋਜ਼ ਖਾਈਦਾ ਜੂਸ ਆਪਾਂ ਰੋਜ਼ ਪੀਦਾ ਇਹ ਇਹ ਜਿਹੜੀ ਇਹ ਪਾਰਟ ਹੁੰਦੇ ਨੇ ਨਾ ਵੀਡੀਓ ਦੇ ਇਹ ਮੰਮੀ ਡੈਡੀ ਨੂੰ ਦੱਸਣੇ ਵਾਸਤੇ ਹੁੰਦੇ ਨੇ ਕਿ ਵੀ ਮੈਂ ਖਾਣਾ ਪੀਣਾ ਟੈਨਸ਼ਨ ਨਾ ਲਿਆ ਕਰੋ ਰੋਟੀ ਟਿਫਨ ਲੈ ਕੇ ਆਈਦਾ ਆਪਾਂ ਪੂਰਾ ਇਹ ਦੇਖੋ ਟਿਫਨ ਮੇਰਾ ਸੋ ਆਪ ਟੈਨਸ਼ਨ ਮਤ ਲਈਏ ਕਰੀਏ ਹਮ ਖਾਤੇ ਪੀਤੇ ਪੂਰਾ ਹੈ ਦਬਾ ਕੇ ਖਾਤੇ ਹੈ ਐਂਡ ਮੌਸਮ ਬਹੁਤ ਸੋਹਣਾ ਹੈ ਵਿਊ ਤੋਂ ਆਪ ਪੁੱਛੋ ਮਤ ਕਿਤਨਾ ਕਰ ਸੋਹਣਾ ਹੈ ਕੈਮਰੇ ਮੇਂ ਇਤਨਾ ਸੋਹਣਾ ਆਏਗਾ ਨਹੀਂ ਪਰ ਵਿਊ ਇੱਧਰ ਵਾਲੀ ਸਾਈਡ ਮੈਂ ਪਹਾੜੀ ਪਹਾੜ ਸੇ ਹੈ ਥੋੜ੍ਹੇ ਜਿਹੇ ਮਤਲਬ ਹਿਲੀ ਏਰੀਆ ਸਾ ਹੈ ਬਾਕੀ ਵਿਊ ਵੀ ਸੋਹਣਾ ਹੈ ਬਾਕੀ ਜਿਸ ਹਿਸਾਬ ਸੇ ਮੈਂ ਵੀਡੀਓ ਬਣਾ ਰਹਾ ਹੂੰ ਮੇਰੇ ਕੋ ਐਸਾ ਲੱਗ ਰਿਹਾ ਹੈ ਕਿ ਮਤਲਬ ਵੀਡੀਓ ਨਾ ਬਹੁਤ ਹੀ ਜ਼ਿਆਦਾ ਲੰਬੀ ਬਣ ਜਾਏਗੀ 20 ਮਿੰਟੋਂ ਸੇ ਵੀ ਉੱਪਰ ਕੋ ਚਲੇ ਜਾਏਗੀ ਇਹ ਪਰ ਕੋਈ ਬਾਤ ਨਹੀਂ ਆਪ ਵੀ ਘਰੋਂ ਮੈਂ ਵਿਹਲੇ ਹੀ ਹੈ ਆਪਣੇ ਕੌਣ ਸਾ ਕੋਈ ਡੱਕਾ ਤੋੜਨਾ ਹੈ ਸੋ ਇਹ ਕੁਛ ਦਰਸ਼ਕੋਂ ਕੀ ਡਿਮਾਂਡ ਸੀ ਕਿ ਹਿੰਦੀ ਮੈਂ ਬੋਲੇ ਆਪ ਤੋ ਸ਼ੁੱਧ ਹਿੰਦੀ ਤੋਂ ਮੈਂ ਬੋਲੂੰਗਾ ਨਹੀਂ ਤੋ ਮੈਂ ਪੰਜਾਬੀ ਮਿਕਸ ਹਿੰਦੀ ਬੋਲ ਰਹਾ ਹੂੰ ਤੋ ਯਹੀ ਬਾਤ ਹੈ ਧੂਪ ਪੜ ਰਹੀ ਹੈ ਉੱਪਰ ਸੇ ਤੋ ਧੂਪ ਕੇ ਸੇ ਬਚਨੇ ਕੇ ਲੀਏ ਹਮਨੇ ਯੇ ਨੀਚੇ ਕਰ ਦੇਣਾ ਹੈ ਯਾ ਇਸੇ ਧੂਪ ਕਮ ਹੋ ਗਈ ਹੈ ਔਰ ਧੂਪ ਕੀ ਵਜ੍ਹਾ ਸੇ ਜੋ ਬਾਹਰ ਕੀ ਜੋ ਆਪਣੀ ਗਰਮੀ ਜ਼ਿਆਦਾ ਹੋ ਗਈ ਹੈ ਅੰਦਰ ਨਾ ਤੋ ਹਮਨੇ ਏਸੀ ਵੀ ਔਨ ਕਰ ਦਿਆ ਹੈ ਆਪਣਾ ਕੌਣ ਸਾ ਪੈਟਰੋਲ ਫੂਕਣਾ ਹੈ ਪੈਟਰੋਲ ਮਾਲਕੋਂ ਕਾ ਹੈ ਹਮਨੇ ਬਸ ਨਜ਼ਾਰੇ ਲੈਣੇ ਹੈ ਤੋ ਮੈਂ ਜੋ ਆਪਕੋ ਬਤਾ ਰਹਾ ਥਾ ਕਿ ਅਰੇ ਧੂਪ ਮੈਂ ਜ਼ਿਆਦਾ ਸੋਹਣਾ ਲੱਗ ਰਹਾ ਥਾ ਧੂਪ ਹੀ ਵਾਪਸ ਕਰ ਲੈਂਦੇ ਹਾਂ ਧੂਪ ਮੈਂ ਜ਼ਿਆਦਾ ਸੋਹਣਾ ਲੱਗ ਰਹਾ ਥਾ ਸੋ ਮੈਂ ਆਪਕੋ ਬਤਾ ਰਹਾ ਥਾ ਜੋ ਸਿੱਧੂ ਮੂਸੇ ਵਾਲੇ ਨੇ ਜਾ ਫੋਟੋ ਖਿਚਾਈ ਹੋਈ ਤੀ ਇੱਕ PBX1 ਕੇ ਸਾਥ ਫੋਟੋ ਬਹੁਤ ਪੁਰਾਣੀ ਲਾਈਫ ਸਟਾਈਲ ਗਾਣੇ ਕਾ ਪੋਸਟਰ ਸਾ ਥਾ ਉਸ ਪੇ ਬਣਾ ਹੁਆ ਸੋ ਉਹ ਜਗ੍ਹਾ ਸੇ ਮੈਂ ਜਾ ਰਹਾ ਹੂੰ ਐਸੇ ਰੋਡ ਉੱਪਰ ਜਾ ਰਹਾ ਪੂਰਾ ਫਿਰ ਨੀਚੇ ਹੋ ਜਾਏਗਾ ਜਦ ਨੀਚੇ ਹੋ ਜਾਏਗਾ ਪੂਰਾ ਅੱਗੇ ਲਾਸਟ ਤੱਕ ਰੋਡ ਦਿਖਤਾ ਹੈ ਕਮ ਸੇ ਕਮ 15 ਕਿਲੋਮੀਟਰ ਤੱਕ ਸੋ ਉਹ ਜੋ ਵਿਊ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਤੋ ਮੈਂ ਆਪਕੋ ਦਿਖਾਉਣੇ ਦੀ ਕੋਸ਼ਿਸ਼ ਕਰਤਾ ਹੂੰ ਬਾਕੀ ਆਪ ਅੱਗੇ ਬਲੌਗ ਦੂਸਰਾ ਦੇਖ ਹੀ ਲੀਜੀਏ ਔਰ ਕਮੈਂਟੋ ਮੇਂ ਮੇਰੇ ਕੋ ਪਤਾ ਹੈ ਕਈਓ ਨੇ ਮੇਰੇ ਕੋ ਮਾੜਾ ਕਹਿਣਾ ਹੈ ਇਹ ਹਿੰਦੀ ਕੀ ਵਜ੍ਹਾ ਸੇ ਪਰ ਭਾਈ ਕੋਈ ਬਾਤ ਕਹਤੇ ਰਹੋ ਹਮਕੋ ਕੋਈ ਫਰਕ ਨਹੀਂ ਪੜਤਾ ਆਪ ਅੱਗੇ ਬਲੌਗ ਕੰਟੀਨਿਊ ਕਰੀਏ ਬਲੌਗ ਦੇਖੀਏ ਧੰਨਵਾਦ
ये जो पार्ट था ये हिंदी हिंदी वाला, एक तो उनके लिए था जो हिंदी बोलने के लिए कह रहे थे, एक मम्मी डैडी के लिए था कि मैं सेब सूब रोज खाता हूँ, बादाम भी खाता हूँ, आज मैं भूल गया हूँ कर लेके नहीं आया बादाम का जो। सो धन्यवाद। आ देख लो जी साफ सफाई का कितना ध्यान रख दिया, इतने पूरा साफ कर रहे हैं। लो जी हुण साडी लंच ब्रेक ते आए ओसमोस खाण लगे आ। चाद दीआं फ्राइज़ हुंदीआं ने, चिकन हुंदा, राइस हुंदे ने, बहुत टेस्टी हुंदा मामला। जिहड़े आओगे आके खायो जरूर, ओसमोस ट्राई करियो। सो इत्थे खड़े आ, देखो सारा सुन्ना सुन्ना पिआ, नहीं तां किन्नी रौनक हुंदी आ। सो ਇੱਥੇ ਲਾ ਦੇਣੀ ਆ ਆਪਾਂ, ਖੋਲ੍ਹ ਕੇ ਡੋਰ ਪਿੱਛੇ ਅਤੇ ਡੱਬੇ ਚੱਕ ਕੇ ਇੱਥੇ ਰੱਖ ਦਿੰਦੇ ਹਾਂ। ਦੈਟਸ ਇਟ, ਮੈਂ ਡਿਲੀਵਰੀ ਕਰਨ ਆਇਆ। ਸੋ ਆਹੀ ਆ, ਡੋਰ ਨਹੀਂ ਖੋਲ੍ਹ ਰਹੇ। ਇੱਥੇ ਆ ਕੇ ਆ ਰਿੰਗ ਜੀ ਮਾਰਨੀ ਹੁੰਦੀ ਆ, ਰਿੰਗ ਮਾਰਤੀ ਮੈਂ ਅਤੇ ਡੋਰ ਖੋਲ੍ਹਿਆ ਨਹੀਂ, ਫਿਰ ਮੈਂ ਕੋਲ ਕੀਤੀ ਅੰਦਰ ਅਤੇ ਕਹਿੰਦੇ ਆ ਰਹੇ ਹਾਂ ਆਪਾਂ, ਤਾਂ ਤੱਕ ਬਹਿੰਦੇ ਹਾਂ ਵਹਿਣ 'ਚ, ਗਾਣੇ ਗੁਣੇ ਲਾਉਂਦੇ ਹਾਂ, ਰੋਟੀ ਰੋਟੀ ਖਾਂਦੇ ਹਾਂ। ਦਿਖਾ ਦੇਣਾ ਥੋੜ੍ਹਾ ਬਹੁਤ। ਅਤੇ ਆਇਆ ਜੀ ਫਰੀਜ਼ਰ, ਇਹ ਸਾਰਾ ਫਰੀਜ਼ਰ ਆ, ਠੀਕ ਹੈ, ਜਿੰਨਾ ਵੀ ਫਰੋਜ਼ਨ ਮਤਲਬ ਸਮਾਨ ਆ ਉਹ ਇੱਥੇ ਰੱਖਣਾ ਅੰਦਰ, ਅਤੇ ਅੰਦਰ ਠੰਡ ਆ ਬਹੁਤ ਜ਼ਿਆਦਾ। ਮੈਂ ਹੁਣੇ ਅੰਦਰ ਗਿਆ ਸੀ ਬਸ, ਉਹ ਸਕਿੱਡ ਤੱਕ ਮੇਰੀ ਮੁੱਛਾਂ ਜੰਮ ਗਈਆਂ। ਸੋ ਆਹ ਫਰੀਜ਼ਰ ਆ, ਇੱਕ ਡੋਕ ਇੱਥੇ ਆ, ਇੱਕ ਪਰਾਂ ਡੋਕ ਆ, ਪਰਲਾ ਡੋਕ ਦਿਖਾਉਂਦਾ ਮੈਂ, ਰੁਕ ਦਿਓ ਤੁਹਾਨੂੰ। ਫਰੀਜ਼ਰ ਆਪਾਂ ਬੰਦ ਕਰਤਾ, ਇਹਦੀ ਲਾਈਟ ਵੀ ਬੰਦ ਕਰਨੀ ਆ ਸਰ। ਪਰਲਾ ਡੋਕ ਆਪਣਾ ਹੋ ਰਿਹਾ, ਬਾਈ ਨੇ ਟਰੱਕ ਲਾਇਆ ਅਤੇ ਆ ਸਕਿੱਡ ਕਰਦਾ, ਇਹ ਰੈਫਰੀਜਰੇਟਰ ਆ, ਜਰੇਟਡ ਕਰਦਾ ਰੈਫਰੀਜਰੇਟਰ ਆ, ਅਤੇ ਜਿਹੜਾ ਫਰੈਸ਼ ਸਮਾਨ ਹੁੰਦਾ, ਅਤੇ ਇਹ ਸਾਰਾ ਸਮਾਨ ਆਪਾਂ ਘਰ ਲੈ ਕੇ ਜਾ ਸਕਦੇ ਹਾਂ, ਪਰ ਸਾਨੂੰ ਵਧੀਆ ਨਹੀਂ ਲੱਗਾ ਤਾਂ ਕਰਕੇ ਆਪਾਂ ਲੈ ਕੇ ਨਹੀਂ ਜਾਣਾ, ਆਪਾਂ ਇਹ ਜ਼ਰੂਰ ਲੈ ਕੇ ਜਾਵਾਂਗੇ। ਇਹ ਤਾਂ ਮੈਨੂੰ ਚੋਕਲੇਟ ਵਾਲਾ ਫਲੇਵਰ ਚਾਹੀਦਾ, ਯਾ ਫਿਰ ਇਟ ਇਜ ਇਹ ਲੈ ਕੇ ਜਾਏਗੇ ਅੰਦਰ। ਚਲੋ ਜੀ ਫਿਰ ਚੱਲਦੇ ਹਾਂ। ਚਲੋ ਜੀ ਹੁਣ ਘਰਾਂ ਨੂੰ ਲੈ ਲਿਆ ਸੌਦਾ ਪੱਤਾ ਅੱਜ ਦਾ, ਉਹ ਮਾਲਕ ਆਇਆ ਕਹਿੰਦਾ ਹੋਰ ਲੈ ਜਾ, ਮੈਂ ਭਰਾ ਖੜਾ ਵੀ ਆ ਅੱਗੇ ਪਹਿਲਾਂ, ਦੇਖੋ ਵੈਨ 'ਚ ਪਹਿਲਾਂ ਹੀ ਪਿਆ। ਇਹ ਨਿਆਣੇ ਕੋ ਖਿਲਾਏਂਗੇ ਜਾ ਕੇ ਹਮ।